शराब व्यापारी एसोसिएशन के प्रधान रमन कुमार ने जिला कपूरथला विच प्रेस कॉन्फ्रेंस करके मीडिया नूं जानकारी दित्ती। शराब व्यापारी पंजाब सरकार नूं एक्साइज विभाग द्वारा मोटा पैसा भरदा है, जबकि शराब के ठेकियां नूं बंद रखने की कोई लिखती जानकारी सरकार द्वारा नहीं दित्ती गई। उस दे बाद भी पुलिस की कानूनी कार्रवाई के कारण ठेकियां नूं बंद रखना पैंदा है और इस दी वजह नाल सानूं भारी नुकसान चलना पैंदा है। इस करके शराब कारोबारियों के प्रधान ने प्रेस कॉन्फ्रेंस करके सरकार तो मांग की कि सानू दोपहर 2 बजे तो लैके रात 2 बजे तक शराब के ठेके खोलन का समा दिता जाए, क्योंकि साडा काम शाम नू शुरू हुंदा है ते शाम का समा दिता जाए। स्पैशल न्यूज़ पंजाबी दे रिपोर्टर रजिंदर कुमार की खास रिपोर्ट। ਐਸੋਸੀਏਸ਼ਨ ਦੇ ਪ੍ਰਧਾਨ ਵੀ ਹੋ ਜਿੱਥੇ ਜਿੱਥੇ ਜਿਹੜਾ ਲੋਕਡਾਊਨ ਚੱਲ ਰਿਹਾ ਵਾ, ਸਰਕਾਰ ਵੱਲੋਂ ਤੁਹਾਨੂੰ ਕੀ ਕੀ ਪਰੇਸ਼ਾਨੀਆਂ ਆ ਰਹੀਆਂ ਨੇ, ਕੀ ਕਹਿਣਾ ਚਾਹੋਗੇ? ਪਰੇਸ਼ਾਨੀਆਂ ਪਹਿਲਾਂ ਜੀ, ਮੈਂ ਰਮਨ ਕੁਮਾਰ, ਕਪੂਰਥਲਾ ਵਾਈਨ ਐਸੋਸੀਏਸ਼ਨ ਦੇ ਮੈਂਬਰ, ਔਰ ਜਿਹੜੀਆਂ ਸਾਨੂੰ ਪਰੇਸ਼ਾਨੀਆਂ ਆ ਰਹੀਆਂ, ਲਾਸਟ ਈਅਰ ਵੀ ਇਹੀ ਪਰੇਸ਼ਾਨੀਆਂ ਸੀ। ਉਦੋਂ ਵਿੱਚ ਸਾਰਿਆਂ ਨੇ ਸਾਡੀ ਜਿਹੜੀ ਆਵਾਜ਼ ਸੀ ਉੱਪਰ ਤੱਕ ਪਹੁੰਚਾਈ, ਮਹਿਕਮੇ ਤੱਕ, ਅਫਸਰਾਂ ਤੱਕ, ਉੱਪਰ CM ਸਾਹਿਬ ਤੱਕ ਪਹੁੰਚੀ, ਜਿਹਦੇ ਨਾਲ ਸਾਨੂੰ ਕੁਝ ਰਿਲੀਫ ਮਿਲੀ। ਠੀਕ ਹੈ ਜੀ, ਹੁਣ ਵੀ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ ਜੀ। ਦੇਖੋ, ਅੱਜ ਤੋਂ ਇੱਕ ਹਫ਼ਤਾ ਪਹਿਲਾਂ 8 ਵਜੇ ਤੱਕ ਦਾ ਰਾਤ ਦਾ ਟਾਈਮ ਸੀ। ਚਲੋ, ਕਿਤੇ ਨਾ ਕਿਤੇ 'ਚ ਆਏ ਸੀ, ਅਸੀਂ ਵੀ ਸਮਝਦੇ ਸੀ ਕੋਈ ਗੱਲ ਨਹੀਂ, 1-2 ਘੰਟੇ ਦੀ ਮਾਰ ਹੈ, ਅਤੇ ਉਹਦਾ ਸਾਨੂੰ ਕੋਈ ਜ਼ਿਆਦਾ ਨਹੀਂ ਹੋ ਰਿਹਾ ਸੀ, ਹੋ ਤਾਂ ਰਿਹਾ ਸੀ ਅਸਰ, ਬਟ ਫਿਰ ਵੀ ਉਹ ਸਾਡੇ ਕੰਟਰੋਲ 'ਚ ਸੀ। ਬਟ ਜਿਹੜਾ ਹੁਣ ਇਹਨਾਂ ਨੇ 5 ਵਜੇ ਦਾ ਟਾਈਮ ਕਰ ਦਿੱਤਾ ਸੀ, ਅਤੇ ਉਹੀ 5 ਤੋਂ 6 ਵਜੇ ਤੋਂ ਬਾਅਦ ਤਾਂ ਵੀ ਸ਼ਰਾਬ ਦਾ ਜਾਂ ਕੋਈ ਵੀ ਕੰਮ ਆ ਦੁਕਾਨਦਾਰੀ ਦਾ ਸ਼ੁਰੂ ਹੁੰਦਾ ਆ, ਅਤੇ ਉਸ ਟਾਈਮ 'ਤੇ ਸਾਨੂੰ ਬੰਦ ਕਰਨੇ ਪੈ ਜਾਂਦੇ ਆ। ਔਰ ਜਿਹਦੇ ਵਿੱਚ ਪ੍ਰਸ਼ਾਸਨ ਪੂਰੀ ਤਰ੍ਹਾਂ ਗਾਂ, ਕਿ ਉਹਨਾਂ ਦੀ ਮਜਬੂਰੀ ਆ ਕਿ ਉਹ ਠੇਕੇ ਬੰਦ ਕਰਾਉਂਦਾ, ਸਾਨੂੰ ਠੇਕੇ ਬੰਦ ਕਰਨੇ ਪੈਂਦੇ ਆ। ਔਰ ਸਭ ਤੋਂ ਵੱਡੀ ਗੱਲ ਕੀ ਹੈ ਕਿ ਹਾਲੇ ਤੱਕ ਜੇ ਅਸੀਂ ਆਪਣੇ ਐਕਸਾਈਜ਼ ਅਫਸਰਾਂ ਨੂੰ ਪੁੱਛਦੇ ਹਾਂ ਜਾਂ ਅਸੀਂ ਉੱਪਰ ਗੱਲ ਕੀਤੀ ਆ ਕਿ ਰਵਈਆ ਸਾਡੇ ਠੇਕੇ ਬੰਦ ਕਰਾਏ ਜਾਂਦੇ ਪਏ ਆ, ਸਾਨੂੰ ਕੋਈ ਨੋਟੀਫਿਕੇਸ਼ਨ, ਕੋਈ ਲਿਖਤੀ, ਕੋਈ ਰਿਟਰਨ 'ਚ ਕੁਛ ਨਹੀਂ ਦਿੱਤਾ ਗਿਆ, ਅਤੇ ਉਹ ਅੱਗੋਂ ਜਵਾਬ ਇਹ ਦਿੰਦੇ ਨੇ ਕਿ ਅਸੀਂ ਤੁਹਾਨੂੰ ਕਿਹਾ ਹੀ ਕਦੋਂ ਕਿ ਠੇਕੇ ਬੰਦ ਕਰੋ, ਅਤੇ ਜੇ ਅਸੀਂ ਠੇਕੇ ਖੋਲ੍ਹਦੇ ਹਾਂ ਅਤੇ ਸਾਨੂੰ ਜਿਹੜੇ ਡੀ ਸੀ ਸਾਹਿਬ ਵੱਲੋਂ ਹੁਕਮ ਕੀਤੇ ਗਏ ਹੋਏ ਨੇ, ਅਤੇ ਜੇ ਅਸੀਂ ਉਹਨਾਂ ਦੇ ਲੰਘਣਾ ਕਰਦੇ ਹਾਂ ਅਤੇ ਸਾਡੇ ਕਾਨੂੰਨੀ ਕਾਰਵਾਈ ਬਣਦੀ ਆ। ਦੇਖਿਆ ਜਾਂਦਾ ਕਿ ਜਿਹੜਾ ਐਕਸਾਈਜ਼ ਡਿਪਾਰਟਮੈਂਟ ਆ, ਤੁਹਾਡੇ ਕੋਲੋਂ ਪਰ ਘੰਟੇ ਦੇ ਹਿਸਾਬ ਨਾਲ ਰੈਵਨਿਊ ਲੈਂਦਾ, ਉੱਥੇ ਜਿਹੜੇ ਠੇਕੇ ਬੰਦ ਕਰਾਉਂਦਾ ਤਾਂ ਉਹਦੇ ਨਾਲ ਕਿੱਦਾਂ ਦਾ ਘਾਟਾ ਕਰਦਾ? ਕੀ ਦੇਖੋ ਜੀ, ਮੈਂ ਤੁਹਾਨੂੰ ਇਹ ਕਿਹਾ ਕਿ ਜਿਹੜਾ ਸਾਨੂੰ ਇਹ ਸਵੇਰੇ ਇਹਨਾਂ ਨੇ ਇਜਾਜ਼ਤ ਦਿੱਤੀ ਹੈ 9 ਤੋਂ 5 ਦੀ, ਉਹ ਸਾਨੂੰ ਇਹ ਇਜਾਜ਼ਤ ਸ਼ਾਮੀ ਦੁਪਹਿਰੇ 2 ਵਜੇ ਤੋਂ ਲੈ ਕੇ ਰਾਤੀ 9 ਵਜੇ ਤੱਕ ਦਿੱਤੇ ਸਨ, ਸਾਨੂੰ ਉਹ ਸਹੀ ਆ। ਔਰ ਅਸੀਂ ਉਹਦੇ ਵਿੱਚ ਸਵੇਰ ਦੇ ਘੰਟਿਆਂ ਦੀ ਕੋਈ ਮੰਗ ਨਹੀਂ ਕਰਦੇ ਜੀ, ਸਾਡਾ ਕੰਮ ਸ਼ਾਮ ਨੂੰ ਸ਼ੁਰੂ ਹੁੰਦਾ, ਸਾਨੂੰ ਸ਼ਾਮ ਦਾ ਟਾਈਮ ਦਿੱਤਾ ਜਾਵੇ। ਦੂਸਰੀ ਗੱਲ, ਉਹ ਘੰਟਿਆਂ ਦੀ ਗੱਲ ਤਾਂ ਛੱਡੋ ਜੀ, ਜਿਹੜੇ 4-5 ਘੰਟੇ ਨੇ, ਉਹ ਜਿਹੜਾ ਵੀਕਐਂਡ ਲੋਕਡਾਊਨ ਕਰ ਦਿੱਤਾ ਗਿਆ, ਲਵੀ ਫਰਾਈਡੇ ਤੋਂ 5 ਵਜੇ ਦੁਕਾਨਾਂ ਬੰਦ, ਔਰ ਸ਼ਨੀਵਾਰ, ਐਤਵਾਰ ਸਭ ਕੁਛ ਬੰਦ, ਔਰ ਉਹ ਮੰਡੇ ਨੂੰ ਸਵੇਰੇ 5 ਵਜੇ ਖੁੱਲ੍ਹਣਾ ਆ, ਔਰ ਇਹ ਵੀਕਐਂਡ ਜਿਹੜਾ ਕੀਤਾ ਗਿਆ ਵਾ, ਇਹ ਸ਼ੁੱਕਰਵਾਰ ਸ਼ਾਮੀ 5 ਵਜੇ ਨਹੀਂ ਆ, ਇਹ ਸ਼ੁੱਕਰਵਾਰ ਵੀ ਪੂਰਾ ਡੇ ਕਲੋਜ਼ ਹੀ ਹੈ ਇੱਕ ਹਿਸਾਬ ਦਾ, ਕਿਉਂਕਿ ਜਿਹੜੀ ਸੇਲ ਆ ਸ਼ੁਰੂ ਕਦੋਂ ਹੋਣੀ ਹੈ? ਸ਼ਾਮ ਨੂੰ ਹਾਤੇ ਬੰਦ ਹੋ ਜਾਂਦੇ ਨੇ, ਉਹਨਾਂ ਦੇ ਸਾਨੂੰ ਫੀਸਾਂ ਪੈਣ ਡੀਆਂ ਨੇ, ਠੀਕ ਹੈ, ਬੰਦੇ ਬੈਠ ਨਹੀਂ ਸਕਦੇ। ਲਵੀ ਇਸ ਟਾਈਮ ਅਸੀਂ ਕਾਫੀ ਪਰੇਸ਼ਾਨ ਹਾਂ, ਮੇਰੇ ਕੋਲ 7 ਗਰੁੱਪ ਆ, ਫਗਵਾੜਾ, ਸੁਲਤਾਨਪੁਰ, ਕਪੂਰਥਲਾ, 7 ਗਰੁੱਪਾਂ ਦੀ ਮੇਰੀ ਜ਼ਿਆਦਾ ਨਹੀਂ 15-16 ਲੱਖ ਰੁਪਈਆ, 15-16 ਲੱਖ ਰੁਪਇਆ ਮੇਰੀ ਇਕੱਲੀ ਲਾਇਸੈਂਸ ਫੀਸ ਆ, ਉਸ ਤੋਂ ਬਾਅਦ ਆਪਣਾ ਕੋਟਾ ਚੁੱਕਣਾ, ਨਾ ਮੇਰੀ ਲਾਇਸੈਂਸ ਫੀਸ ਮੈਨੂੰ ਕਵਰ ਹੋ ਰਹੀ ਹੈ, ਨਾ ਕੋਟਾ ਮੈਂ ਕਿਤੇ ਵੇਚ ਸਕੂੰਗਾ, ਮੇਰੇ ਅੰਦਰ ਕੋਟਾ ਵੀ ਲੱਗ ਜਾਣਾ, ਔਰ ਲਾਇਸੈਂਸ ਫੀਸ ਮੇਰੇ ਪਰ ਚਲੀ ਨਹੀਂ, ਅਸੀਂ ਫੀਸਾਂ ਕਿੱਦਾਂ ਦੇ ਪਾਵਾਂਗੇ? ਕਿਉਂਕਿ ਸਰਕਾਰ ਤੋਂ ਕੀ ਮੰਗ ਕੀ ਕਰਦੇ? ਮੰਗ ਸਰਕਾਰ ਤੋਂ ਇਹੀ ਹੈ ਜੀ ਕਿ ਸਾਨੂੰ ਜਾਂ ਤਾਂ ਬਿਲਕੁਲ ਸਾਰਾ ਟਾਈਮ ਜੋ ਹੈਗਾ ਉਹ ਵਧਾਇਆ ਜਾਵੇ, ਠੀਕ ਹੈ ਜੀ, ਔਰ ਇਹ ਵੀਕਐਂਡ ਲੋਕਡਾਊਨ ਤਾਂ ਬਿਲਕੁਲ ਖਤਮ ਕੀਤਾ ਜਾਵੇ, ਨਹੀਂ ਤਾਂ ਸਾਨੂੰ ਬੇਸ਼ੱਕ ਫਿਰ ਪੂਰੀ ਤਰ੍ਹਾਂ ਸਾਡੇ ਟਿੱਕੇ ਬੰਦ ਕੀਤੇ ਜਾਣ, ਅਸੀਂ ਆਰਾਮ ਨਾਲ ਬੈਠੇ ਰਹੀਏ, ਅਤੇ ਜਾਂ ਜਿਹੜੇ ਸਾਡੇ ਘੰਟੇ ਔਰ ਜਿਹੜਾ ਸਾਡਾ ਵੀਕਐਂਡ ਲੋਕਡਾਊਨ ਨੁਕਸਾਨ ਹੋ ਰਿਹਾ, ਸਾਨੂੰ ਉਹਦੀ ਜੋ ਬਣਦੀ ਹੈ ਲਾਇਸੈਂਸ ਫੀਸ ਦੀ, ਰੈਵਨਿਊ ਦੀ, ਉਹ ਭਰਪਾਈ ਕੀਤੀ ਜਾਵੇ, ਔਰ ਦੂਸਰਾ ਜੋ ਸਾਡਾ ਕੋਟਾ ਆ ਜਿਹੜਾ ਨਹੀਂ ਵਿਕਿਆ ਉਹ ਕੋਟੇ ਨੂੰ ਘਟਾਇਆ ਜਾਵੇ।